मैं मामा ने कहा मामा अंबरसर दे पापड़ कितने रिकॉर्ड हुए है ते मामा ने कहा नहीं हुए बस दैट वाज इट कॉलेज तो पढ़ दी यू नो प्री मेडिकल तो बाद मेडिकल कर दी शादी दी प्रपोजल आ गई आर्मी ऑफिसर नाल व्याह करता मेरा हुन वो आर्मी ऑफिसर 70 दे विच मेरी शादी हुई और 71 दे विच वॉर लग गई ही हैड टू गो टू द बॉर्डर ए बॉर्डर ते चले गए मैंने जेरी संगीत दी ब्लेसिंग मिली है मेरी माँ को लो जी ए ओ ब्लेसिंग सो चली जाए यू कीप शाइनिंग सावन लंग गया वे माया सावन लंग गया सारी तरत ललारी सावी कर गया सावी रंग गया सावन लंग गया वे माया करदे कोई फंक्शन होंदे सन बच्चों के ब्याह कजनस दिया शादियां ते दोनों पैना ढोलकी बजा के ते सारे लोग गीत गाते सन अमृतसर के पापड़ भी गाते होंगे सन जिड़े असी अपने जमाने दे विच देखे ने मां नूं सुनिया शिव कुमार बटालवी गाते हैं प्रोफेसर मोहन सिंह अमृता प्रीतम डॉक्टर हरभजन सिंह बुले शाह वारिस शाह शेख फरीद यू नो इन्हां लोगों नूं सुनिया असी सारी उम्र ते हुण ऐ ते उहदे कोई नेड़े ही नहीं बिल्कुल हुण ते पता नहीं की लिख रहे ने और की बच्चे बोल रहे मैनूं ते समझ ही नहीं आती कि यह इंग्लिश है पंजाबी है हिंदी है हरियाणवी है कि की है इट्स व्हाट काइंड ऑफ अ रीमिक्स इज दिस जिंदगी दे विच जिस तरह जो भी कुछ आंदा है उन्हें उंजे एक्सेप्ट करो ते लाइफ बिकम्स ब्यूटीफुल ਤੁਸੀਂ ਤਿੰਨੇ ਭੈਣਾਂ ਲਈ ਮੇਰੇ ਖਿਆਲ ਸਭ ਤੋਂ ਪਹਿਲੀ ਗੁਰੂ ਤੁਹਾਡੀ ਮਾਈ ਸੀਗੀ ਬਿਲਕੁਲ ਬਿਲਕੁਲ ਸੋ ਸੰਗੀਤ ਬਿਲਕੁਲ ਇਟਸ ਨੈਚੁਰਲ ਸੰਗੀਤ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਉਹਨਾਂ ਨੇ ਤੁਹਾਨੂੰ ਸਿਖਾਈਆਂ ਜੋ ਤੁਹਾਨੂੰ ਲੱਗਦਾ ਹੈ ਵੀ ਲਾਈਫ ਲੌਂਗ ਤੁਸੀਂ ਤੁਹਾਡੇ ਕੰਮ ਆਈਆਂ ਮਾਂ ਬਹੁਤ ਹੀ ਇੱਕ ਨੀਟ ਐਂਡ ਕਲੀਨ ਟਾਈਪ ਦੀ ਮਾਂ ਸੀ ਕੋਈ ਘਰੋਂ ਬਗੈਰ ਖਾਣਾ ਖਾਏ ਜਾਂਦਾ ਨਹੀਂ ਸੀ ਕੋਈ ਸੱਤ ਬਗਾਨਾ ਵੀ ਆ ਜਾਏ ਮਾਂ ਨੇ ਉਹਨੂੰ ਖਾਣਾ ਪਰੋਸ ਕੇ ਖਿਲਾਉਣਾ ਆਪਣੇ ਹੱਥਾਂ ਦੇ ਨਾਲ ਬਣਾ ਬਣਾ ਕੇ ਖਾਣੇ ਖਿਲਾਉਣੇ ਐਂਡ ਸ਼ੀ ਵਾਸ ਟਾਈਮ ਦੇ ਨਾਲ ਲੈਂਗੁਏਜ ਵੀ ਥੋੜੀ ਬਦਲ ਜਾਂਦੀ ਹੈ ਬਿਲਕੁਲ ਤੇ ਉਹ ਸਮਝ ਨਹੀਂ ਆਉਂਦੀ ਕਈ ਮੈਨੂੰ ਫੋਨ ਆਉਂਦੇ ਨੇ ਬੱਚਿਆਂ ਦੇ ਕਿ ਇਹਦਾ ਕੀ ਮਤਲਬ ਹੈ ਇਸ ਗਾਣੇ ਦੇ ਵਿੱਚ ਇਹ ਲਫ਼ਜ਼ ਆਉਂਦੇ ਨੇ ਫਿਰ ਮੈਂ ਉਹਨੂੰ ਕਰੈਕਟ ਕਰਕੇ ਦੱਸਦੀ ਹਾਂ ਕਿ ਇਹ ਨਹੀਂ ਇਹ ਹੈ ਤੇਰੀ ਯਾਦ ਆਈ ਤੇਰੀ ਯਾਦ ਆਈ तेरी याद आई है वे टोला माही वे ओ हाय डाक देख रहे दर्शकों का स्वागत है साडे खास प्रोग्राम बिरंग चिट्ठियां दे विच आज मेरे नाल मौजूद ने वोकलिस्ट फोक सिंगर एंड द लेडी बिहाइंड अंबरसरे दे पापड़ ਡੋਲੀ ਗਲੇਰੀਆ ਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਚੜ੍ਹਦੀ ਕਲਾ ਚੜ੍ਹਦੀ ਕਲਾ ਮੈਂ ਸ਼ੁਰੂਆਤ ਇੱਥੇ ਹੀ ਕਰਨੀ ਸੀਗੀ ਕਿ ਇਹ ਜਿਹੜੀ ਵਿਦ ਅਲੋਂਗ ਵਿਦ ਗ੍ਰੇ ਹੇਅਰ ਐਂਡ ਅਲੋਂਗ ਵਿਦ ਗਰੋਇੰਗ ਏਜ ਇਹ ਗ੍ਰੇ ਸਾਰੀ ਹੈ ਇਹਦੀ ਵਜ੍ਹਾ ਕੀ ਹੈ ਇਹ ਤੇ ਇਹ ਵਾਹਿਗੁਰੂ ਦੀ ਮਿਹਰ ਵਾਹਿਗੁਰੂ ਦੀ ਮਿਹਰ ਮੈਂ ਕਹਾਂਗੀ ਮੈਨੂੰ ਜਿਹੜੀ ਸੰਗੀਤ ਦੀ ਬਲੈਸਿੰਗ ਮਿਲੀ ਹੈ ਮੇਰੀ ਮਾਂ ਕੋਲੋਂ ਜੀ ਇਹ ਉਹ ਬਲੈਸਿੰਗ ਸੋ ਚਲੀ ਜਾਏ ਯੂ ਕੀਪ ਸ਼ਾਈਨਿੰਗ ਤੁਸੀਂ ਕਹਿੰਦੇ ਹੋ ਤਾਂ ਬੜਾ ਅੱਛਾ ਲੱਗਦਾ ਅੱਛਾ ਮੈਂ ਇੱਥੋਂ ਹੀ ਸ਼ੁਰੂਆਤ ਕਰਦੇ ਹਾਂ ਅੰਬਰਸਰੀ ਦੇ ਪਾਪੜ ਓਵਰਨਾਈਟ ਹਿੱਟ ਸੀਗੀ ਪਰ ਇਹਦੇ ਪਿੱਛੇ ਦੀ ਵੀ ਕੋਈ ਕਹਾਣੀ ਹੋਣੀ ਆ ਕਹਾਣੀ ਹੈ ਹਾਂ ਉਹ ਕਹਾਣੀ ਸੁਣਨਾ ਚਾਹੂੰਗੇ ਬਚਪਨ ਤੋਂ ਮੈਂ ਮਾਮਾ ਨੂੰ ਤੇ ਵੱਡੀ ਮਾਸੀ ਪ੍ਰਕਾਸ਼ ਕੋਲ ਜੀ ਉਹ ਕਰਦੇ ਕੋਈ ਫੰਕਸ਼ਨਸ ਹੁੰਦੇ ਸਨ ਬੱਚਿਆਂ ਦੇ ਵਿਆਹ ਕਜ਼ਨਸ ਦੀਆਂ ਸ਼ਾਦੀਆਂ ਤੇ ਦੋਨੋਂ ਪੈਨਾ ਟੋਲਕੀ ਵਜਾ ਕੇ ਤੇ ਸਾਰੇ ਲੋਕ ਗੀਤ ਗਾਉਂਦੇ ਸਨ ਅੰਬਰਸਰੀ ਦੇ ਪਾਪੜ ਵੀ ਗਾਉਂਦੇ ਹੁੰਦੇ ਸਨ ਮੈਂ ਆਈ ਵਾਜ਼ ਅ ਲਿਟਲ ਗਰਲ ਮੈਂ ਉਦੋਂ ਕਦੀ ਪ੍ਰੋਫੈਸ਼ਨਲੀ ਤੇ ਆਉਣ ਦਾ ਗਾਉਣ ਦੇ ਵਿੱਚ ਸੋਚਿਆ ਵੀ ਨਹੀਂ ਸੀ ਪਰ ਉਹ ਜ਼ਹਿਨ ਦੇ ਵਿੱਚ ਉਹ ਗਾਣਾ ਹੈਗਾ ਸੀ ਤੇ ਜਦੋਂ ਮੈਂ ਆਪਣੀ ਮੈਗਨਾ ਸਾਊਂਡ ਦੇ ਨਾਲ ਟਾਈ ਅਪ ਹੋਇਆ ਤੇ ਮੈਂ ਪਲਾਨ ਕੀਤਾ ਕਿ ਮੈਂ ਕਿਹੜੇ ਗਾਣੇ ਸਿਲੈਕਟ ਕਰਾਂਗੀ ਤੇ ਮੈਂ ਮਾਮਾ ਕੋਲ ਗਈ ਮੈਂ ਮਾਮਾ ਨੂੰ ਕਿਹਾ ਮਾਮਾ ਅੰਬਰਸਰੀ ਦੇ ਪਾਪੜ ਕਿਤੇ ਰਿਕਾਰਡ ਹੋਇਆ ਹੈ ਤੇ ਮਾਮਾ ਨੇ ਕਿਹਾ ਨਹੀਂ ਹੋਇਆ ਬਸ ਦੈਟ ਵਾਸ ਇਟ 10 ਸਾਲ ਤੁਸੀਂ ਆਪਣੇ 10 ਖੂਬਸੂਰਤ ਸਾਲ ਫੈਮਿਲੀ ਨੂੰ ਦਿੱਤੇ ਬਹੁਤ ਤੁਸੀਂ ਫੈਮਿਲੀ ਲਾਈਫ ਐਸਟੈਬਲਿਸ਼ ਕੀਤੀ ਉਸ ਤੋਂ ਬਾਅਦ ਮੇਰੇ ਖਿਆਲ ਦੁਬਾਰਾ ਤੁਸੀਂ ਹਸਬੈਂਡ ਦੇ ਸਪੋਰਟ ਦੇ ਨਾਲ ਕਰੀਅਰ ਸਟਾਰਟ ਕੀਤਾ ਰਾਈਟ ਇਹਦੀ ਕੀ ਵਜ੍ਹਾ ਰਹੀ ਦੇਖੋ
when you are young, you don't realize ki thoda career de vich agge day by day zindagi vich ki kuch aana hai ya ki kuch tuhanu hasil hona hai te kis tarah zindagi chalni hai. Un you take it in the stride, jis tarah jo ho reha hai unnu accept karde jao. कॉलेज तो पढ़ी पढ़ी यू नो प्री मैडिकल तो बाद मैडिकल कर दी शादी दी प्रपोजल आ गई आर्मी ऑफिसर नाल व्याह करता मेरा हुन वो आर्मी ऑफिसर 70 दे विच मेरी शादी हुई और 71 दे विच वॉर लग गई ही हैड टू गो टू द बॉर्डर ए बॉर्डर ते चले गए मैनू तो उदो एवें नहीं सी पता कि मैं डॉक्टर बन दी जिहड़ी पढ़ाई छड़ी है मैं डॉक्टरी कंटिन्यू करनी है कि मैं एक फौजी दी वाइफ बन के एक होम हाउस वाइफ बन जाना ਮੈਨੂੰ ਕੁਛ ਨਹੀਂ ਸੀ ਪਤਾ ਇਟ ਵਾਸ ਹੈਪਨਿੰਗ ਡੇ ਬਾਈ ਡੇ ਐਵਰੀ ਡੇ ਸਮਥਿੰਗ ਨਿਊ ਵਾਸ ਹੈਪਨਿੰਗ ਬਟ ਮਨ ਦੇ ਵਿੱਚ ਇਹ ਫੀਲਿੰਗ ਆਈ ਕਿ ਜਦੋਂ ਮੇਰਾ ਹਸਬੈਂਡ ਕੰਟਰੀ ਵਾਸਤੇ ਯੂ ਨੋ ਲੜਨ ਵਾਸਤੇ ਬਾਰਡਰ ਤੇ ਬੈਠਾ ਹੋਇਆ ਤੇ ਮੈਂ ਆਈ ਹੈਡ ਆਲਰੇਡੀ ਕਨਸੀਵਡ ਸੁਨੈਨੀ ਫਸਟ ਈਅਰ ਦੇ ਵਿੱਚ ਹੀ ਮੇਰੀ ਬੇਬੀ ਆਉਣ ਵਾਲੀ ਸੀ ਮੇਰੇ ਮਨ 'ਚ ਆਇਆ ਕਿ ਹੁਣ ਮੇਰੀ ਪ੍ਰਾਇਓਰਟੀਜ਼ ਡਿਫਰੈਂਟ ਹੋ ਗਈ ਹੁਣ ਨਾਓ ਆਈ ਐਮ ਗੋਇੰਗ ਟੂ ਬਿਕਮ ਅ ਮਦਰ ਐਂਡ ਆਈ ਵਾਂਟ ਟੂ ਇੰਜੋਏ ਮਾਈ ਮਦਰਹੁੱਡ ਤੇ ਮੈਂ ਆਪਣੇ ਬੱਚੇ ਨੂੰ ਸਾਂਭਾਂਗੀ ਔਰ ਯੂ ਨੋ ਇਹ ਇਹ ਕਰ ਹੁਣ ਮੇਰੀ ਰਿਸਪੋਂਸਿਬਿਲਿਟੀ ਬਣ ਗਈ ਜੇ ਮੇਰਾ ਹਸਬੈਂਡ ਦੇਸ਼ ਦੀ ਸੇਵਾ ਕਰਨ ਦੀ ਜਾ ਰਿਹਾ ਤੇ ਮੇਰੀ ਸੇਵਾ ਇੱਥੇ ਬਣਦੀ ਬਸ ਮੂਡ ਚੇਂਜ ਹੋ ਗਿਆ ਬਸ ਫਿਰ ਮੈਂ ਇੱਕ ਫੈਮਿਲੀ ਲਾਈਫ ਦੇ ਵਿੱਚ ਆ ਗਈ ਗਾਉਂਦੀ ਤੇ ਮੈਂ ਹਰ ਵੇਲੇ ਰਹਿੰਦੀ ਸਾਂ ਬਿਕੋਜ਼ ਮੈਂ ਆਈ ਵਾਸ ਸਿੰਗਿੰਗ ਵੈਨ ਆਈ ਵਾਸ 16 ਈਅਰਸ ਓਲਡ ਫਰੋਮ ਆਲ ਇੰਡੀਆ ਰੇਡੀਓ ਬਟ ਪ੍ਰੋਫੈਸ਼ਨਲੀ ਅਡਾਪਟ ਕਰਨ ਵਾਲੀ ਗੱਲ ਕਦੀ ਨਹੀਂ ਸੀ ਆਈ ਤੇ ਹੁਣ ਜਦੋਂ ਇਹ ਸੀਨ ਚੇਂਜ ਹੋਇਆ ਤੇ ਉਦੋਂ ਤੇ ਮੈਨੂੰ ਆਪਣਾ ਘਰ ਆਪਣੇ ਬੱਚੇ ਆਪਣੇ ਮਦਰ ਇਨ ਲਾਅ ਦੇ ਨਾਲ ਰਹਿਣਾ ਆਈ ਵਾਸ ਲਵਿੰਗ ਇਟ ਜੀ ਮੈਨੂੰ ਬਹੁਤ ਮਜ਼ਾ ਆ ਰਿਹਾ ਸੀ ਔਰ ਕਰਨ ਸਾਹਿਬ ਦੇ ਨਾਲ ਆਰਮੀ ਦੀ ਲਾਈਫ ਮੇਰੇ ਡੈਡ ਤੇ ਪ੍ਰੋਫੈਸਰ ਸਨ ਦਿੱਲੀ ਯੂਨੀਵਰਸਿਟੀ ਵਿੱਚ ਮਾਂ ਮੇਰੀ ਮਸ਼ਹੂਰ ਸਿੰਗਰ ਜੀ ਉਹਨਾਂ ਦਾ ਵਾਤਾਵਰਨ ਹੀ ਘਰ ਵਿੱਚ ਕੁਝ ਹੋਰ ਸੀ ਜੀ ਜਾਂ ਐਜੂਕੇਸ਼ਨ ਤੇ ਜਾਂ ਮਿਊਜ਼ਿਕ ਬਿਲਕੁਲ ਇੱਥੇ ਮਾਹੌਲ ਬਿਲਕੁਲ ਹੀ ਡਿਫਰੈਂਟ ਸੀ ਫਿਰ ਤੁਹਾਨੂੰ ਮੁਸ਼ਕਿਲ ਨਹੀਂ ਆਈ ਇਹ ਬਿਲਕੁਲ ਇੱਕਦਮ ਐਕਸਟ੍ਰੀਮ এনवायरमेंट ਦੇ ਵਿੱਚ ਜਾਂ ਡਿਸਪਲਿਨ ਲਾਈਫ ਦੇ ਵਿੱਚ ਕਾਪ ਅਪ ਕਰਨ ਦੀ ਗੁਰਲੀਨ ਬੱਚੇ ਤੂੰ ਹੈਰਾਨ ਹੋਏਂਗੀ ਕਿ ਇਹ ਵੀ ਸ਼ਾਇਦ ਕੈਰੈਕਟਰ ਬਿਲਡਿੰਗ ਵੀ ਜਿਹੜਾ ਹੁੰਦਾ ਹੈ ਇਹ ਮਾਂ ਪਿਓ ਆਪਣੇ ਬੱਚੇ ਨੂੰ ਸਿਖਾਉਂਦੇ ਨੇ ਮੈਂ ਬਹੁਤ ਹੀ ਫਲੈਕਸੀਬਲ ਸੀ ਰਾਈਟ ਫਰੋਮ ਚਾਈਲਡਹੁੱਡ ਤੇ ਮਾਮਾ ਤੇ ਮੈਨੂੰ ਕਹਿੰਦੀ ਸੀ ਇਹ ਮੇਰਾ ਭੋਲਾ ਬੱਚਾ ਹੈ ਇਹਨੂੰ ਜਿੱਧਰ ਮਰਜ਼ੀ ਜੋ ਕਹਿ ਦਿਓ ਇਹਨੇ ਮੰਨ ਜਾਣਾ ਹੈ ਓਬੀਡੀਐਂਟ ਡਾਟਰ ਹਾਂਜੀ ਆਈ ਵਾਂਟ ਟੂ ਰਿਮੇਨ ਓਬੀਡੀਐਂਟ ਡਾਟਰ ਟੂ ਮਾਈ ਪੇਰੈਂਟਸ ਐਂਡ ਓਬੀਡੀਐਂਟ ਵਾਈਫ ਟੂ ਮਾਈ ਹਸਬੈਂਡ ਐਂਡ ਅ ਲਵਿੰਗ ਮਦਰ ਟੂ ਮਾਈ ਚਿਲਡਰਨ ਮੇਰੀ ਮੇਰਾ ਮੇਰਾ ਜ਼ਿੰਦਗੀ ਦਾ ਮਕਸਦ ਹੀ ਇਹ ਹੋ ਗਿਆ Then I started enjoying my this life. Aur 10 saal de vich 3 bachche ho gaye aur unna bachchan nu groom karke enna ko kabil kar ditta ki school jaan de vaste taiyar ho gaye and you know they were on their own and wo 10 years ke mein pass ho gaye kansa were to go for two do ladaiyan enna ne dekhiya aur enna diyan army diyan gallan sun sun ke assi ode vich hi you know enne involved rehnde si aur army di life ਵਾਸ ਸੋ ਬਿਊਟੀਫੁਲ ਕਿ ਜਦੋਂ ਫੌਜੀ ਵਾਰ ਤੇ ਹੁੰਦੇ ਨੇ ਜਾਂ ਬਾਰਡਰ ਏਰੀਆਜ਼ ਇਨ ਹੁੰਦੇ ਨੇ ਤੇ ਜਿਹੜੀ ਬਾਕੀ ਦੀ ਇਹਨਾਂ ਦੀ ਗਰੁੱਪ ਹੁੰਦਾ ਹੈ ਉਹ ਫੈਮਿਲੀਜ਼ ਨੂੰ ਇੰਨਾ ਲੁੱਕ ਆਫਟਰ ਕਰਦੇ ਨੇ ਕਿ ਦੇ ਡੋਂਟ ਮੇਕ ਯੂ ਫੀਲ ਕਿ ਤੁਸੀਂ ਇਕੱਲੇ ਹੋ ਇੱਕ ਫੈਮਿਲੀ ਜਿਸ ਤਰ੍ਹਾਂ ਬਣ ਜਾਂਦਾ ਬ੍ਰਦਰਹੁੱਡ ਇਹਨੂੰ ਫੈਮਿਲੀ ਆਰਮੀ ਦੀ ਖਾਸ ਗੱਲ ਹੈ ਕਿ ਬ੍ਰਦਰਹੁੱਡ ਜੀ ਕਰਨ ਸਾਹਿਬ ਦੇ ਦੋਸਤ ਕਰਨ ਸਾਹਿਬ ਦੇ ਜੂਨੀਅਰਸ ਕਰਨ ਸਾਹਿਬ ਦੇ ਸੀਨੀਅਰਸ ਸਾਰੇ ਜਿਹਨੇ ਬਿਲਕੁਲ ਨਹੀਂ ਫੀਲ ਕਰਨ ਦਿੰਦੇ ਸਨ ਕਿ ਮੈਂ ਇਕੱਲੀ ਹਾਂ ਔਰ ਮੇਰੇ ਬੱਚਿਆਂ ਦੇ ਨਾਲ ਮੈਂ ਰਹਿ ਰਹੀ ਹਾਂ ਦੇ ਵੁੱਡ ਮੇਕ ਮੀ ਐਬਸੋਲੂਟਲੀ ਕੰਫਰਟੇਬਲ ਸੋ ਮੈਨੂੰ ਉਹ ਜਿਹੜਾ ਵੋਇਸ ਕਦੇ ਫੀਲ ਨਹੀਂ ਹੋਇਆ ਉਹ ਜਿਹੜਾ ਚੇਂਜ ਸੀ ਨਾ ਉਹ ਮੈਂ ਇੰਜੋਏ ਕੀਤਾ ਕਿਉਂਕਿ ਮੈਨੂੰ ਬੜੀ ਇੰਪੋਰਟੈਂਸ ਮਿਲ ਰਹੀ ਸੀ ਜਿਵੇਂ ਤੁਸੀਂ ਕਿਹਾ ਕਿ ਸੁਰਿੰਦਰ ਮੈਮ ਹਮੇਸ਼ਾ ਵਿਅਸਤ ਰਹਿੰਦੇ ਸੀਗੇ ਆਪਣੇ ਕੰਮਾਂ ਦੇ ਵਿੱਚ ਉਹਨਾਂ ਦੇ ਟੂਰਸ ਲੱਗਦੇ ਸੀਗੇ ਕਦੇ ਤੁਹਾਨੂੰ ਗੁੱਸਾ ਫੀਲ ਨਹੀਂ ਹੁੰਦਾ ਸੀਗਾ ਕਿ ਉਹ ਘੱਟ ਸਮਾਂ ਦੇ ਰਹੇ ਨੇ ਸਾਨੂੰ ਬਹੁਤ ਗੁੱਸਾ ਕਿ ਮਾਮਾ 26-26 ਦਿਨ ਮਹੀਨੇ ਦੇ ਵਿੱਚੋਂ ਗਾਇਬ ਹੁੰਦੀ ਸੀ ਅਸੀਂ ਤਰਸਦੇ ਸਾਂ ਮਾਂ ਲਈ ਅਸੀਂ 3 ਭੈਣਾਂ ਮੈਂ ਵੱਡੀ ਸਭ ਤੋਂ 2 ਮੇਰੀਆਂ ਛੋਟੀਆਂ ਭੈਣਾਂ ਤੇ ਗੈਪ ਵੀ ਸਾਡਾ ਕਾਫੀ ਸੀ ਮੈਂ ਵੱਡੀ ਤੇ 7 ਸਾਲ ਦੀ ਨੈਕਸਟ ਸੀ ਉਸ ਤੋਂ 2 ਸਾਲ ਦੀ ਉਸ ਤੋਂ ਛੋਟੀ ਸੀ ਤੇ ਮੈਂ ਵੱਡੀ ਸਾਂ ਤੇ ਮੈਂ ਮਾਮਾ ਨੂੰ ਬਹੁਤ ਮਿਸ ਕਰਦੀ ਸਾਂ ਨਿੱਕੀ ਨਿੱਕੀਆਂ ਗੱਲਾਂ ਜਿਹੜੀਆਂ ਕੁੜੀਆਂ ਆਪਣੀ ਮਾਂ ਨਾਲ ਸ਼ੇਅਰ ਕਰਦੀਆਂ ਨੇ ਸਟਾਰਟ ਲਰਨਿੰਗ ਥਿੰਗਸ ਕਿ ਸਿਲਾਈ ਪਰੋਈ ਦਾ ਕੰਮ ਯੂ ਨੋ ਗਾਣੇ ਦਾ ਡਾਂਸ ਦਾ ਜੋ ਵੀ ਕੁਝ ਕਰਨਾ ਹੁੰਦਾ ਸੀ ਆਈ ਯੂਸ ਟੂ ਮਿਸ ਮਾਮਾ ਉਹ ਜਿਹੜੀ ਪੂਰਤੀ ਸੀ ਨਾ ਮੇਰੇ ਫਾਦਰ ਨੇ ਕੀਤੀ ਆਈ ਵਾਸ ਮੋਰ ਮਾਈ ਫਾਦਰਸ ਡਾਟਰ ਦੈਨ ਮਾਈ ਮਦਰਸ ਡਾਟਰ ਬਟ ਐਜ਼ ਲੱਕ ਵੁੱਡ ਹੈਵ ਇਟ ਆਈ ਐਮ ਨੋਨ ਐਜ਼ ਮਾਈ ਮਦਰਸ ਡਾਟਰ ਜੀ ਬਿਕੋਜ਼
बिकॉज ऑफ द म्यूजिक पार्ट। हां जी। सो मैनू दोनों माँ बाप का बहुत प्यार मिले ते मैनू उन्होंने यही ताकीद की के जिंदगी दे विच जिस तरह जो भी कुछ आंदा है उन्हें उंजे एक्सेप्ट करो ते लाइफ बिकम्स ब्यूटीफुल। ਤੁਸੀਂ ਤਿੰਨੇ ਭੈਣਾਂ ਲਈ ਮੇਰੇ ਖਿਆਲ ਸਭ ਤੋਂ ਪਹਿਲੀ ਗੁਰੂ ਤੁਹਾਡੀ ਮਾਈ ਸੀਗੀ। ਬਿਲਕੁਲ ਬਿਲਕੁਲ। ਸੋ ਸੰਗੀਤ ਬਿਲਕੁਲ ਇਟਸ ਨੈਚੁਰਲ। ਸੰਗੀਤ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਉਹਨਾਂ ਨੇ ਤੁਹਾਨੂੰ ਸਿਖਾਈਆਂ ਜੋ ਤੁਹਾਨੂੰ ਲੱਗਦਾ ਹੈ ਵੀ ਲਾਈਫ ਲੌਂਗ ਤੁਸੀਂ ਤੁਹਾਡੇ ਕੰਮ ਆਈਆਂ? ਮਾਂ ਬਹੁਤ ਹੀ ਇੱਕ ਨੀਟ ਐਂਡ ਕਲੀਨ ਟਾਈਪ ਦੀ ਮਾਂ ਸੀ। ਸ਼ੀ ਵਾਸ ਵੈਰੀ ਪਾਰਟਿਕੂਲਰ ਅਬਾਊਟ ਸਫਾਈ। ਤੂੰ ਮੇਰੇ ਘਰ ਵਿੱਚ ਵੀ ਦੇਖ ਲਾ ਤੈਨੂੰ ਸਫਾਈ ਨਜ਼ਰ ਆਏਗੀ। ਇਹ ਸਭ ਮਾਂ ਦੀ ਦੇਣ ਹੈ। ਵੈਰੀ ਹੋਸਪਿਟੇਬਲ। ਕੋਈ ਘਰੋਂ ਬਗੈਰ ਖਾਣਾ ਖਾਏ ਜਾਂਦਾ ਨਹੀਂ ਸਾ। ਕੋਈ ਸੱਤ ਬਗਾਨਾ ਵੀ ਆ ਜਾਏ ਮਾਂ ਨੇ ਉਹਨੂੰ ਖਾਣਾ ਪਰੋਸ ਕੇ ਖਿਲਾਉਣਾ, ਆਪਣੇ ਹੱਥਾਂ ਦੇ ਨਾਲ ਬਣਾ ਬਣਾ ਕੇ ਖਾਣੇ ਖਿਲਾਉਣੇ। ਐਂਡ ਸ਼ੀ ਵਾਸ ਵੈਰੀ ਵੈਰੀ ਲਵਿੰਗ, ਵੈਰੀ ਅਫੈਕਸ਼ਨੇਟ। ਕਦੀ ਉਹਨੇ ਡਾਂਟਿਆ ਨਹੀਂ, ਕਦੀ ਉਹਨੇ ਝਾੜਿਆ ਨਹੀਂ। ਇੱਕ ਉਹਦੀ ਇੱਕ ਘੂਰੀ ਹੁੰਦੀ ਸੀ, ਉਹਦੀ ਨਜ਼ਰ ਦੀ ਘੂਰੀ, ਬਸ ਉਹ ਸਾਨੂੰ ਸਮਝ ਆ ਜਾਂਦੀ ਸੀ ਕਿ ਮਾਮਾ ਨੂੰ ਪਸੰਦ ਨਹੀਂ। ਬਾਕੀ ਸ਼ੀ ਵਾਸ ਅ ਵੈਰੀ ਵੈਰੀ ਕੇਅਰਿੰਗ ਮਦਰ। ਬਹੁਤ ਉਹਨੇ ਸਾਨੂੰ ਲਾਡ ਲਡਾਇਆ ਔਰ ਬੜਾ ਵਿਗਾੜਿਆ ਵੀ। ਮੈਂ ਸੁਣਿਆ ਕਿ ਕਾਫੀ ਪ੍ਰੋਫੈਸ਼ਨਲ ਵੀ ਸੀਗੇ ਉਹ ਸ਼ੋਜ਼ ਦੇ ਵਿੱਚ। ਜੇ ਸੁਰ ਥੋੜਾ ਉੱਤੇ ਥੱਲੇ ਵੀ ਹੋ ਜੇ ਤਾਂ ਸਾਰਿਆਂ ਦੇ ਸਾਹਮਣੇ ਵੀ ਗੁੱਸਾ ਕਰ ਦਿੰਦੇ ਸੀਗੇ। ਬਿਲਕੁਲ ਬਿਲਕੁਲ ਬਿਲਕੁਲ। ਏਦਾਂ ਹੋਇਆ ਸੀ ਕਦੇ ਮਿਊਜ਼ੀਸ਼ੀਅਨਸ ਦੇ ਨਾਲ? ਤੇ ਮਾਮਾ ਦਾ ਉਹ ਰਹਿੰਦਾ ਸੀ ਕਿ ਮਿਊਜ਼ੀਸ਼ੀਅਨਸ ਮਾਮਾ ਕੋਲੋਂ ਡਰ ਕੇ ਰਹਿੰਦੇ ਸਨ, ਕਿਉਂਕਿ ਮਾਮਾ ਇੱਕ ਫੋਕ ਸਿੰਗਰ, ਨਿਰੀ ਇੱਕ ਫੋਕ ਸਿੰਗਰ ਨਹੀਂ ਸੀ, ਇੱਕ ਕੁਆਲੀਫਾਈਡ ਆਰਟਿਸਟ ਸੀ ਜਿਹਨੇ ਕਲਾਸੀਕਲ ਮਿਊਜ਼ਿਕ ਵੀ ਸਿੱਖਿਆ ਹੋਇਆ ਸੀ ਔਰ ਉਹ ਖੁੱਲ੍ਹਾ ਗਾਉਂਦੀ ਸੀ, ਆਪਣੇ ਦਿਲੋਂ ਗਾਉਂਦੀ ਸੀ। ਸੋ ਸਟੇਜ ਦੇ ਉੱਤੇ ਜਦੋਂ ਤੁਹਾਡੀ ਆਡੀਅੰਸ ਤੁਹਾਡੇ ਸਾਹਮਣੇ ਬੈਠੀ ਹੋਏ, ਤੁਸੀਂ ਆਡੀਅੰਸ ਨੂੰ ਐਂਥਰੋਲ ਕਰ ਰਹੇ ਹੋ ਤੇ ਉਹ ਤੁਹਾਡਾ, ਤੁਸੀਂ ਇੱਕ ਦੂਸਰੀ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਜੀ। ਸੋ ਅੰਦਰੋਂ ਕੀ ਜਜ਼ਬਾਤ ਨਿਕਲਦੇ ਸਨ ਉਹ ਗਾਣੇ ਦੇ ਵਿੱਚ ਮਾਮਾ ਪੇਸ਼ ਕਰਦੀ ਸੀ ਔਰ ਉਹ ਮਿਊਜ਼ੀਸ਼ੀਅਨਸ ਕਈ ਵਾਰੀ ਉਹਨੂੰ ਨਹੀਂ ਸਮਝ ਪਾਉਂਦੇ ਸਨ ਤੇ ਫਿਰ ਮਾਮਾ ਕੋਲੋਂ ਡਾਂਟ ਤੇ ਪੈਣੀ। ਮਾਮਾ ਨੇ ਇੰਨਾ ਕੁ ਕਹਿ ਦੇਣਾ ਠੀਕ ਕਰੋ ਜਾਂ ਉਹਨਾਂ ਵੱਲ ਦੇਖ ਕੇ ਕੁਛ ਇਸ਼ਾਰਾ ਕਰਨਾ ਜਾਂ ਉਹ ਹੀ ਕੁਰੀ। ਪ੍ਰਕਾਸ਼ ਮੈਮ ਤੇ ਸੁਰਿੰਦਰ ਮੈਮ ਦੀ ਇਹ ਕਿਹੜੀ ਇਹ ਜੀ ਯਾਦ ਹੈ ਜਿਹੜੀ ਜ਼ਿਹਨ 'ਚ ਰਹਿੰਦੀ ਹੈ ਹਮੇਸ਼ਾ ਹਮੇਸ਼ਾ ਅੱਖਾਂ ਸਾਹਮਣੇ ਫਿਰਦੀ ਰਹਿੰਦੀ ਹੈ? ਪ੍ਰਕਾਸ਼ ਆਂਟੀ ਤੇ ਮੇਰੇ ਇੰਨੀ ਪਿਆਰੀ ਮਾਸੀ ਸੀ, ਮੈਂ ਕੀ ਦੱਸਾਂ। ਸ਼ੀ ਵਾਸ ਵੈਰੀ ਨੌਟੀ। ਅੱਛਾ। ਬਹੁਤ ਨੌਟੀ ਸਨ ਹਰ ਗੱਲ ਤੇ। ਉਹਨਾਂ ਨੇ ਮਾਮਾ ਨੂੰ ਨਾ ਕੋਈ ਸ਼ਰਾਰਤ ਦੇ ਨਾਲ ਕੋਈ ਤੰਜ਼ ਕਰਨਾ ਜਾਂ ਕੋਈ ਉਹਨੂੰ ਛੇੜ ਦੇਣਾ, ਉਹਨੂੰ ਟੀਜ਼ ਕਰਨਾ ਔਰ ਫਿਰ ਸਾਡੇ ਨਾਲ ਬੱਚਿਆਂ ਦੇ ਨਾਲ ਸ਼ੇਅਰ ਕਰਨਾ ਕਿ ਐਕਚੁਅਲੀ ਮੇਰਾ ਮਤਲਬ ਇਹ ਸੀ। ਤੇ ਉਹ ਆਂਟੀ ਦਾ ਮਜ਼ਾਕ ਅਸੀਂ ਬਹੁਤ ਇੰਜੋਏ ਕਰਦੇ ਸਾਂ। ਸਾਨੂੰ ਪਤਾ ਸੀ ਕਿ ਇਹ ਜੇ ਗੱਲ ਹੋਈ ਹੈ ਤੇ ਆਂਟੀ ਨੇ ਵਿੱਚੋਂ ਕੋਈ ਗੱਲ ਲੱਭ ਲੈਣੀ ਹੈ ਤੇ ਮਾਮਾ ਨੂੰ ਟੀਜ਼ ਕਰਨਾ। ਸੋ ਉਹ ਸ਼ੀ ਵਾਸ ਚੈਂਪੀਅਨ ਇਨ ਦੈਟ। ਔਰ ਉਹਨਾਂ ਦੀ ਖਾਸੀਅਤ ਇਹ ਸੀ ਕਿ ਉਹ ਸ਼ੀ ਵਾਸ 11 ਈਅਰਸ ਓਲਡਰ ਟੂ ਮਾਮਾ, ਵੱਡੇ ਸਨ ਕਾਫੀ। ਤੇ ਉਹਨਾਂ ਜਿੱਥੇ ਕਿਤੇ ਬਾਹਰ ਟੂਰਸ ਤੇ ਉਦੋਂ ਇਹ ਹੁੰਦਾ ਸੀ ਕਿ ਇੰਟਰਨੈਸ਼ਨਲ ਟੂਰਸ ਬਹੁਤ ਹੁੰਦੇ ਸਨ। ਗਵਰਨਮੈਂਟ ਆਫ ਇੰਡੀਆ ਤੁਹਾਨੂੰ ਐਕਸਚੇਂਜ ਪ੍ਰੋਗਰਾਮਸ ਦੇ ਵਿੱਚ ਦੁਨੀਆ ਦੇ ਵਿੱਚ ਲੈ ਕੇ ਜਾਂਦੀ ਸੀ ਔਰ ਮਾਮਾ ਤੇ ਪ੍ਰਕਾਸ਼ ਆਂਟੀ ਔਰ ਆਸਾ ਸਿੰਘ ਮਸਤਾਨਾ ਅੰਕਲ, ਇਹਨਾਂ ਦਾ ਗਰੁੱਪ ਹੁੰਦਾ ਸੀ ਔਰ ਇਹ ਲੋਕ ਸਾਰੀ ਦੁਨੀਆ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਕਹਿਣ ਤੇ ਆਪਣਾ ਕਲਚਰ ਪ੍ਰਮੋਟ ਕਰਨ ਵਾਸਤੇ ਦੁਨੀਆ ਵਿੱਚ ਜਾਂਦੇ ਸਨ। ਨਵਾਂ ਨਵਾਂ ਹਿੰਦੁਸਤਾਨ ਆਜ਼ਾਦ ਹੋਇਆ ਸੀ ਔਰ ਉਸ ਤੋਂ ਬਾਅਦ ਇਹ ਲੋਕ ਜਾਂਦੇ ਸਨ ਆਪਣੇ ਕਲਚਰ ਨੂੰ, ਆਪਣਾ ਪੰਜਾਬੀ ਫੋਕ ਕਲਚਰ ਨੂੰ ਪ੍ਰੈਜੈਂਟ ਕਰਨ ਲਈ। ਤੇ ਇਹ ਲੋਕ ਇਕੱਠੇ ਜਾਂਦੇ ਸਨ ਤੇ ਉੱਥੇ ਹੁੰਦਾ ਇਹ ਸੀ ਕਿ ਮਾਮਾ ਨੂੰ ਲੀਡਰ ਬਣਾ ਦਿੰਦੇ ਸਨ ਤੇ ਪ੍ਰਕਾਸ਼ ਆਂਟੀ ਨੂੰ ਇਸ ਗੱਲ ਦਾ ਬੜਾ ਗਿਲਾ ਸੀ ਕਿ ਵੱਡੀ ਤੇ ਮੈਂ ਆ ਤੇ ਬਣ ਜਾਂਦੀ ਲੀਡਰ ਹੈ। ਤੇ ਉਹਨਾਂ ਨੇ ਕੋਈ ਟਾਈਮ ਛੱਡਣਾ ਨਹੀਂ ਕਿ ਮਾਮਾ ਨੂੰ ਨਾ ਕੋਈ ਸ਼ਰਾਰਤ ਕਰਦੇ ਰਹਿਣਾ। ਸੋ ਉਹ ਗੱਲਾਂ ਬੜੀਆਂ ਨੇ, ਮੈਂ ਬੁੱਕ ਲਿਖੀ ਸੀ, ਮੈਂ ਉਹਦੇ ਵਿੱਚ ਬੜੀਆਂ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਕਿ ਹਾਂ ਆਂਟੀ ਕਿਵੇਂ ਸ਼ਰਾਰਤਾਂ ਕਰਦੇ ਸਨ ਮਾਮਾ ਦੇ ਨਾਲ। ਉਮਰ ਦਾ ਤਕਾਜ਼ਾ ਤੇ ਉਹਨੂੰ ਬਹੁਤ ਜ਼ਿਆਦਾ, ਹਮੇਸ਼ਾ ਆਪਣੇ ਆਪ ਨੂੰ ਛੋਟਾ ਦੱਸਦੀ ਸੀ। ਅੱਛਾ। ਕਈ ਇੰਟਰਵਿਊਜ਼ ਦੇ ਵਿੱਚ ਤੇ ਉਹਨੇ ਇੱਥੋਂ ਹੀ ਕਹਿਤਾ ਕਿ ਉਹ ਮੇਰੇ ਨਾਲੋਂ 11 ਸਾਲ ਵੱਡੀ ਹੈ। ਹਾਂ, ਐਕਚੁਅਲੀ ਉਹ ਆਪ 11 ਸਾਲ ਵੱਡੇ ਸੀ ਕਿਉਂਕਿ ਉਹਨਾਂ ਦਾ ਨੇਚਰ ਇਹ ਜਿਹਾ ਸੀ, ਬੇਸਿਕ ਨੇਚਰ। ਚੁਲਬੁਲੇ ਬੜੇ ਸਨ ਜੀ ਔਰ ਬੜੇ ਵੈਰੀ ਬਿਊਟੀਫੁਲ ਐਂਡ ਵੈਰੀ ਪਲੈਜ਼ੈਂਟ ਔਰ ਉਹਨਾਂ ਦੀ ਆਵਾਜ਼ ਦੀ ਖਣਕ ਖਾਸ ਜਿਹੜੀ ਟਿਪੀਕਲ ਪੰਜਾਬੀ ਔਰਤਾਂ ਦੀ ਹੋਣੀ ਚਾਹੀਦੀ ਹੈ ਲੋਕ ਗੀਤ ਗਾਉਣ ਵਾਸਤੇ, ਉਹ ਸੀ ਉਹਨਾਂ ਦੀ ਆਵਾਜ਼। ਉਹ ਜੀ ਆਵਾਜ਼ ਦੁਬਾਰਾ ਨਹੀਂ ਆਉਂਦੀ। ਬਿਲਕੁਲ। ਪਹਿਲੀ ਤੇ ਆਖਰੀ ਵਾਰ ਤੁਸੀਂ ਮਾਮਾ ਨਾਲ ਕਦੋਂ ਪਰਫਾਰਮ ਕੀਤਾ ਸੀਗਾ? ਪਰਫਾਰਮ ਤੇ ਮਾਮਾ ਤੇ ਜਾਣ ਤੋਂ ਥੋੜੀ ਦੇਰ ਪਹਿਲਾਂ ਹੀ ਅਸੀਂ ਵੈਨਕੂਵਰ ਗਏ ਸੀ, ਮਦਰਸ ਐਂਡ ਡੋਟਰਸ ਫੈਸਟੀਵਲ ਸੀ ਵੈਨਕੂਵਰ ਦੇ ਵਿੱਚ, ਉੱਥੇ ਪਰਫਾਰਮ ਕੀਤਾ।
ਤੀਆਂ ਦਾ ਮੇਲਾ ਜੀ ਤੇ ਉੱਥੇ ਉਹਨਾਂ ਨੇ ਉਹਦਾ ਨਾਮ ਅੰਗਰੇਜ਼ੀ ਦੇ ਵਿੱਚ ਮਦਰਸ ਐਂਡ ਡਾਟਰਸ ਫੈਸਟੀਵਲ ਤੇ ਇਟ ਵਾਸ ਅ ਰੋਰਿੰਗ ਸਕਸੈਸ ਉਹਦੇ ਵਿੱਚ ਸੀ ਕਿ ਸਿਰਫ ਔਰਤਾਂ ਦਾ ਮੇਲਾ ਸੀ ਉਹ ਜਿੱਥੇ ਉਹਨਾਂ ਨੇ ਸਪੈਸ਼ਲ ਟਿਕਟ ਫੋਰ ਐਲਡਰਲੀ ਪੀਪਲ ਲਗਾਈ ਹੋਈ ਸੀ ਔਰ ਬੱਚਿਆਂ ਦੀ ਉਹਨਾਂ ਨੇ 50% ਡਿਸਕਾਊਂਟ ਸੀ ਔਰ ਐਵੇਂ $10-15 ਦੀ ਟਿਕਟ ਸੀ ਔਰ 15,000-16,000 ਔਰਤਾਂ ਉੱਥੇ ਆਈਆਂ ਸੀ ਦੂਰ ਦੂਰ ਤੱਕ ਪੰਡਾਲ ਦੇ ਵਿੱਚ ਅਖੀਰ ਦੇ ਵਿੱਚ ਇਹ ਹੋਇਆ ਸੀ ਸ਼ੋ ਕਿ ਸ਼ੋ ਵਾਸ ਇਨ ਦਾ ਮਿਡਲ ਆਫ ਦਾ ਵੈਨਿਊ ਸਰੀ ਸਰੀ ਬੜੀ ਮਸ਼ਹੂਰ ਜਗ੍ਹਾ ਹੈ ਵੈਨਕੂਵਰ ਦੀ ਗੁਰਦੁਆਰਾ ਸਰੀ ਦਾ ਉਹਦੇ ਮੈਦਾਨ ਦੇ ਵਿੱਚ ਹੋਇਆ ਸੀ ਔਰ ਤਿੰਨੋਂ ਪਾਸੇ ਸਾਡੇ ਕਰਾਊਡ ਸੀ ਔਰ ਦੂਰ ਦੂਰ ਤੱਕ ਸਾਨੂੰ ਲੋਕ ਲੇਡੀਜ਼ ਨਜ਼ਰ ਆਉਂਦੀਆਂ ਸਨ ਔਰ ਫਿਰ ਉੱਥੇ ਜਿਹੜਾ ਮਜ਼ਾ ਆਇਆ ਸੀ ਉਹ ਇਹ ਸੀ ਕਿ ਗਾਉਂਦੇ ਗਾਉਂਦੇ ਸਡਨਲੀ ਮਾਮਾ ਇੰਨੀ ਐਕਸਾਈਟਿਡ ਹੋ ਗਈ ਕੁੜੀਆਂ ਨੂੰ ਲੇਡੀਜ਼ ਨੂੰ ਬਜ਼ੁਰਗਾਂ ਨੂੰ ਨੱਚਦੇ ਮਾਮਾ ਦੇ ਗਾਣਿਆਂ ਤੇ ਨੱਚਦਿਆਂ ਦੇਖ ਕੇ ਕਿ ਮਾਮਾ ਨੇ ਮਾਈਕ ਮੈਨੂੰ ਫੜਾਤਾ ਤੇ ਕਹਿੰਦੀ ਤੂੰ ਗਾ ਤੇ ਮੈਂ ਜ਼ਰਾ ਜਾ ਰਹੀ ਹਾਂ ਗਿੱਧਾ ਪਾਉਣ ਗਿੱਧਾ ਪਾਉਣ ਨਿਕਲ ਗਈ ਸੀ ਸੋ ਯੂ ਨੋ ਇੰਨੀ ਐਕਸਾਈਟਮੈਂਟ ਐਂਡ ਇੰਨਾ ਉਹ ਮੈਨੂੰ ਕਦੀ ਨਹੀਂ ਭੁੱਲਦਾ ਦੈਟ ਵਾਸ ਲਾਸਟ ਪਰਫਾਰਮੈਂਸ ਦੈਟ ਵਾਸ ਮਾਂ ਦੇ ਨਾਲ ਇੱਕ ਆਡੀਅੰਸ ਦੇ ਸਾਹਮਣੇ ਪਬਲਿਕ ਪਰਫਾਰਮੈਂਸ ਜੀ ਉਹ ਬਹੁਤ ਯਾਦ ਆਉਂਦੀ ਹੈ ਬੜੀ ਵਾਰੀ ਕੀਤਾ ਮਾਮਾ ਨਾਲ ਪਰਫਾਰਮ ਬਹੁਤ ਪਰ ਕਈ ਗੱਲਾਂ ਹੁੰਦੀਆਂ ਨੇ ਨਾ ਜਿਹੜੀਆਂ ਕਦੀ ਭੁੱਲ ਨਹੀਂ ਸਕਦੀ ਅੱਜ ਕੱਲ ਜਿਹੜੇ ਮਾਇਨੇ ਨੇ ਸੰਗੀਤ ਦੇ ਲਿਰਿਕਸ ਦੇ ਮਿਊਜ਼ਿਕ ਦੇ ਉਹ ਕਿੰਨੇ ਕੁ ਬਦਲ ਚੁੱਕੇ ਆ ਖਾਸ ਕਰ ਜਦੋਂ ਤੁਸੀਂ ਰੀਮਿਕਸ ਦੇਖਦੇ ਹੋ ਸੁਰਿੰਦਰ ਮੈਮ ਦੇ ਗਾਣਿਆਂ ਦਾ ਖੁਸ਼ੀ ਮਹਿਸੂਸ ਹੁੰਦੀ ਹੈ ਜਾਂ ਗੁੱਸਾ ਆਉਂਦਾ ਨਹੀਂ ਗੁੱਸਾ ਨਹੀਂ ਇਸ ਤਰ੍ਹਾਂ ਆਉਂਦਾ ਲੱਗਦਾ ਹੈ ਕਿ ਮਾਂ ਦੇ ਗਾਣੇ ਹਾਲੇ ਵੀ ਜ਼ਿੰਦਾ ਨੇ ਕਿ ਲੋਕੀ ਹਾਲੇ ਵੀ ਸੁਣ ਰਹੇ ਨੇ ਇਸ ਗੱਲ ਦੀ ਖੁਸ਼ੀ ਹੁੰਦੀ ਕਿ ਉਹਦੇ ਗਿਆ ਹੀ ਇੰਨੇ ਸਾਲ ਹੋ ਗਏ ਨੇ ਮਾਮਾ ਪਾਸਡ ਅਵੇ ਇਨ 2006 ਤੇ ਅੱਜ 23 ਹੋ ਗਿਆ ਇਹਨੂੰ ਇਟਸ ਸੋ ਮੈਨੀ ਇਅਰਸ ਬਟ ਗਾਣੇ ਕਦੀ ਨਹੀਂ ਮਰਦੇ ਇਸ ਤਰ੍ਹਾਂ ਹੀ ਜਿਹੜੇ ਗਾਣੇ ਇਸ ਲੈਵਲ ਦੇ ਹੋਣ ਜਿਹੜੇ ਕਿ ਤੁਹਾਡੇ ਘਰ ਘਰ ਦੇ ਵਿੱਚ ਸਾਰੇ ਗਾ ਰਹੇ ਹੋਣ ਜਨਰੇਸ਼ਨ ਟੂ ਜਨਰੇਸ਼ਨ ਗਾ ਰਹੀਆਂ ਹੋਣ ਉਹ ਗਾਣੇ ਕਦੀ ਖਤਮ ਨਹੀਂ ਹੁੰਦੇ ਪਰ ਅੱਜ ਕੱਲ੍ਹ ਦੀ ਟ੍ਰੈਜਡੀ ਤੇ ਤੁਹਾਨੂੰ ਪਤਾ ਹੀ ਹੈ ਕਿ ਮੈਨੂੰ ਤੇ ਪਤਾ ਨਹੀਂ ਜੇ ਮੈਂ ਹੁਣੇ ਇੱਕ ਗਾਣਾ ਸੁਣ ਕੇ ਆਵਾਂ ਤੇ ਮੈਂ ਅੱਧੇ ਘੰਟੇ ਬਾਅਦ ਉਹਨੂੰ ਭੁੱਲ ਵੀ ਜਾਵਾਂਗੀ ਜੀ ਬਿਲਕੁਲ ਕੋਈ ਪਤਾ ਹੀ ਨਹੀਂ ਹੈ ਨਾ ਉਹਦੇ ਲਿਰਿਕਸ ਸਮਝ ਆਉਂਦੇ ਲੌਂਗ ਲਿਵ ਨਹੀਂ ਹੈ ਨਾ ਉਹਦੀ ਮਿਊਜ਼ਿਕ ਸਮਝ ਆਉਂਦਾ ਹੈ ਨਾ ਉਹਦੀ ਬਲੈਂਡਿੰਗ ਸਮਝ ਆਉਂਦੀ ਹੈ ਨਾ ਉਹਦੀ ਕੰਪੋਜੀਸ਼ਨ ਸਮਝ ਆਉਂਦੀ ਹੈ ਐਂਡ ਅਬਵ ਆਲ ਨਾ ਉਹਦੇ ਲਿਰਿਕਸ ਸਮਝ ਆਉਂਦੇ ਕਿਉਂਕਿ ਲਿਰਿਕਸ ਜਿਹੜੇ ਅਸੀਂ ਆਪਣੇ ਜ਼ਮਾਨੇ ਦੇ ਵਿੱਚ ਦੇਖੇ ਨੇ ਮੈਂ ਮਾਂ ਨੂੰ ਸੁਣਿਆ ਸ਼ਿਵ ਕੁਮਾਰ ਬਟਾਲਵੀ ਗਾਉਂਦੇ ਆ ਪ੍ਰੋਫੈਸਰ ਮੋਹਨ ਸਿੰਘ ਅੰਮ੍ਰਿਤਾ ਪ੍ਰੀਤਮ ਡਾਕਟਰ ਹਰਭਜਨ ਸਿੰਘ ਬੁੱਲੇ ਸ਼ਾਹ ਵਾਰਿਸ ਸ਼ਾਹ ਸ਼ੇਖ ਫਰੀਦ ਯੂ ਨੋ ਇਹਨਾਂ ਲੋਕਾਂ ਨੂੰ ਸੁਣਿਆ ਅਸੀਂ ਸਾਰੀ ਉਮਰ ਤੇ ਹੁਣ ਹੈ ਤੇ ਉਹਦੇ ਕੋਈ ਨੇੜੇ ਹੀ ਨਹੀਂ ਹੈ ਬਿਲਕੁਲ ਹੁਣ ਤੇ ਪਤਾ ਨਹੀਂ ਕੀ ਲਿਖ ਰਹੇ ਨੇ ਔਰ ਕੀ ਬੱਚੇ ਬੋਲ ਰਹੇ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਕਿ ਇਹ ਇੰਗਲਿਸ਼ ਹੈ ਪੰਜਾਬੀ ਹੈ ਹਿੰਦੀ ਹੈ ਹਰਿਆਣਵੀ ਹੈ ਕਿ ਕੀ ਹੈ ਇਟਸ ਵਾਟ ਕਾਇੰਡ ਆਫ ਅ ਰੀਮਿਕਸ ਇਜ਼ ਦਿਸ ਬਟ ਮਾਂ ਦੇ ਗਾਣਿਆਂ ਦਾ ਜਿਹੜਾ ਰੀਮਿਕਸ ਕੁੜੀਆਂ ਕਰ ਰਹੀਆਂ ਨੇ ਉਹ ਕਿ ਉਹ ਡਾਂਸ ਕਰ ਰਹੀਆਂ ਨੇ ਜਿਵੇਂ ਕੋਰੀਓਗ੍ਰਾਫ ਕਰ ਜੀ 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 ਗਾਣਾ ਹੈ ਮੈਂ ਤੈਨੂੰ ਯਾਦ ਆਵਾਂਗੀ ਹੁਣ ਬਿਲਕੁਲ ਲੇਟੈਸਟ ਚੱਲ ਰਿਹਾ ਟ੍ਰੈਂਡਿੰਗ ਹੈ ਟ੍ਰੈਂਡਿੰਗ ਹੈ ਅੱਜ ਕੱਲ ਉਹ ਫਿਰ ਪਾਪੋ ਕਹਿੰਦੀ ਪਾਪੋ ਕਹਿੰਦੀ ਹੈ ਜੀ ਇਹਨਾਂ ਦਿਨਾਂ ਦੇ ਵਿੱਚ ਬੜਾ ਹੋਇਆ ਲੱਠੇ ਦੀ ਚਾਦਰ ਬਹੁਤ ਹੋਇਆ ਚੰਦ ਕਿੱਥਾਂ ਗੁਜ਼ਾਰੀ ਆਈ ਰਾਤ ਵੇ ਸਾਰੇ ਗਾਣੇ ਰੀਮਿਕਸ ਹੋਏ ਅਲੱਗ ਅਲੱਗ ਫਾਰਮ ਨਾਲ ਅਲੱਗ ਅਲੱਗ ਲੋਕਾਂ ਨੇ ਅਲੱਗ ਅਲੱਗ ਪੇਸ਼ਕਾਰੀ ਕੀਤੀ ਉਹਦੇ ਵਿੱਚ ਇਹ ਲੱਗਾ ਕਿ ਮਾਂ ਜ਼ਿੰਦਾ ਹੈ ਮਾਂ ਜ਼ਿੰਦਾ ਹੈ ਤਾਂ ਅੱਛੀ ਫੀਲਿੰਗ ਹੋਈ ਪਰ ਦੁੱਖ ਉਦੋਂ ਲੱਗਦਾ ਕਿ ਜਦੋਂ ਇਹ ਵੀਡੀਓਜ਼ ਦੇ ਵਿੱਚ ਬੜਾ ਅੱਛਾ ਲੱਗਦਾ ਅਸੀਂ ਫੋਨ ਤੇ ਸੁਣ ਲੈਂਦੇ ਹਾਂ ਵਾਇਰਲ ਹੋਇਆ ਵੀ ਆਰ ਵੈਰੀ ਹੈਪੀ ਪਰ ਜਦੋਂ ਸਟੇਜ ਤੇ ਜਾ ਕੇ ਕੁੜੀਆਂ ਉਹਨੂੰ ਗਾਉਂਦੀਆਂ ਨੇ ਨਾ ਤੇ ਉਸ ਤਰ੍ਹਾਂ ਗਾ ਨਹੀਂ ਸਕਦੀਆਂ ਤਾਂ ਮੈਨੂੰ ਦੁੱਖ ਲੱਗਦਾ ਜੇ ਗਾਣਾ ਹੈ ਤੇ ਫਿਰ ਉਹ ਗਾਣਾ ਵੀ ਤੇ ਉਸ ਤਰ੍ਹਾਂ ਹੀ ਸਿੱਖੋ ਜੀ ਯੂ ਨੋ ਗਾਣੇ ਨੂੰ ਨਾ ਵਿਗਾੜੋ ਹਾਂ ਕਿਉਂਕਿ ਗਾਣਾ ਓਰੀਜਨਲ ਤੇ ਤੁਸੀਂ ਡਾਂਸ ਕਰ ਲਓ ਨੋ ਪ੍ਰੋਬਲਮ ਰੀਮਿਕਸ ਚੱਲ ਰਿਹਾ ਪਰ ਜੇ ਤੁਸੀਂ ਉਹਨੂੰ ਗਾਉਂਦੇ ਹੋ ਲਿਰਿਕਸ ਵੀ ਚੇਂਜ ਕਰ ਦਿੰਦੇ ਹੋ ਕਿਉਂਕਿ ਬੋਲ ਤੁਹਾਨੂੰ ਕਈ ਸਮਝ ਨਹੀਂ ਆਉਂਦੇ ਜੀ ਟਾਈਮ ਦੇ ਨਾਲ ਲੈਂਗੁਏਜ ਵੀ ਥੋੜੀ ਬਦਲ ਜਾਂਦੀ ਹੈ ਬਿਲਕੁਲ ਤੇ ਉਹ ਸਮਝ ਨਹੀਂ ਆਉਂਦੀ ਕਈ ਮੈਨੂੰ ਫੋਨ ਆਉਂਦੇ ਨੇ ਬੱਚਿਆਂ ਦੇ ਕਿ ਇਹਦਾ ਕੀ ਮਤਲਬ ਹੈ ਇਸ ਗਾਣੇ ਦੇ ਵਿੱਚ ਇਹ ਲਫ਼ਜ਼ ਆਉਂਦੇ ਨੇ ਫਿਰ ਮੈਂ ਉਹਨੂੰ ਕਰੈਕਟ ਕਰਕੇ ਦੱਸਦੀ ਹਾਂ ਕਿ ਇਹ ਨਹੀਂ ਇਹ ਹੈ ਸੋ ਇਟ ਫੋਕ ਮਿਊਜ਼ਿਕ ਨੈਵਰ ਡਾਈਸ ਫੋਕ ਤੇ ਐਸੀ ਚੀਜ਼ ਹੈ ਕਿ ਜਿਹੜਾ ਤੁਹਾਡੇ ਕਲਚਰ ਦੇ ਤੁਹਾਡੇ ਕਸਟਮਸ ਦੇ ਤੁਹਾਡੇ ਰੀਤਾਂ ਰਿਵਾਜਾਂ ਨਾਲ ਜੁੜਿਆ ਹੋਇਆ ਸੋ ਹਰ ਘਰ ਦੇ ਵਿੱਚ ਕੁੜੀਆਂ ਦਾ ਵਿਆਹ ਹੋਣਾ ਮੁੰਡਿਆਂ ਦਾ ਵਿਆਹ ਹੋਣਾ ਘੋੜੀਆਂ ਸੁਹਾਗ ਇਹ ਗਾਏ ਜਾਣੇ ਨੇ ਜੀ ਸੋ ਉਹ ਮਾਂ ਇੰਨੇ ਢੇਰ ਸਾਰੇ ਗਾ ਗਈ ਸੋ ਖਤਮ ਨਹੀਂ ਹੋਣਗੇ ਮਿਊਜ਼ਿਕ ਤੁਹਾਡੇ ਜੀਨਸ ਦੇ ਵਿੱਚ ਹੈ ਤੇ ਬਹੁਤ ਐਲਬਮਸ ਤੁਸੀਂ ਕੀਤੀਆਂ ਪਰ ਮੈਨੂੰ ਲੱਗਦਾ ਕਿ ਕੁਝ ਸਮੇਂ ਤੋਂ ਬਾਅਦ ਤੁਸੀਂ ਬ੍ਰੇਕ ਲਿਆ ਜਿੰਨਾ ਕੁ ਤੁਸੀਂ ਕਮਰਸ਼ਲਾਈਜ਼ ਹੋ ਸਕਦੇ ਸੀ ਤੁਸੀਂ ਨਹੀਂ ਰਹੇ
ਤੁਸੀਂ ਨਹੀਂ ਹੋਏ ਉਹ ਆਊਟ ਆਫ ਚੋਇਸ ਸੀਗਾ ਬਿਲਕੁਲ ਆਊਟ ਆਫ ਚੋਇਸ ਕਿਉਂਕਿ ਮੈਨੂੰ ਕਮਰਸ਼ੀਅਲਾਈਜ਼ ਹੋਣਾ ਫॉर ਸਮਬਡੀ ਐਲਸਸ ਟੇਸਟ ਉਹ ਨਹੀਂ ਸੀ ਚੰਗਾ ਲੱਗਦਾ ਜੇ ਮੈਂ ਕੋਈ ਐਲਬਮ ਬਣਾਇਆ ਬੜੀ ਮਿਹਨਤ ਕਰਕੇ ਕੋਈ ਐਲਬਮ ਬਣਾਉਂਦਾ ਹੈ ਗੀਤ ਚੁਣਦਾ ਹੈ ਕੰਪੋਜੀਸ਼ਨ ਕਰਾਉਂਦਾ ਹੈ ਇਹਨੂੰ ਰਿਕਾਰਡਿੰਗ ਕਰਦਾ ਹੈ ਕਿੰਨੀ ਮਿਹਨਤ ਕਿੰਨੀ ਜਾਨ ਮਾਰਨੀ ਹੁੰਦੀ ਜਦੋਂ ਉਹਨੂੰ ਜਾ ਕੇ ਕਸੈਟ ਨੂੰ ਰਿਲੀਜ਼ ਕਰਨਾ ਹੈ ਜਾਂ ਸੀ ਡੀ ਨੂੰ ਰਿਲੀਜ਼ ਕਰਨਾ ਤਾਂ ਤੁਹਾਨੂੰ ਕੋਈ ਕਹਿ ਦੇ ਨਹੀਂ ਜੀ ਇਹ ਟ੍ਰੈਂਡ ਨਹੀਂ ਹੈ ਇਹ ਅੱਜ ਕੱਲ੍ਹ ਕਾ ਟ੍ਰੈਂਡ ਨਹੀਂ ਹੈ ਆਪ ਕੁਛ ਐਸਾ ਗਾਈਏ ਜੋ ਅੱਜ ਕੱਲ੍ਹ ਕਾ ਟ੍ਰੈਂਡ ਹੈ ਉਹ ਟ੍ਰੈਂਡ ਮੈਨੂੰ ਸੂਟ ਨਹੀਂ ਕੀਤਾ ਮੈਨੂੰ ਉਹ ਚਲਤੇ ਪੁਰਜ਼ੇ ਗਾਣੇ ਔਰ ਬਿਲੋ ਦਾ ਬੈਲਟ ਲਿਰਿਕਸ ਉਹ ਮੈਨੂੰ ਅੰਦਰੋਂ ਹੀ ਇੱਥੋਂ ਹੀ ਨਹੀਂ ਜਚੇ ਜੇ ਮਨ ਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਤਾਂ ਫਿਰ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਮੈਂ ਕਾਹਦੇ ਲਈ ਉਹ ਕਰਾਂ ਸੋ ਮੈਂ ਉਹ ਹੀ ਗਾਈ ਹਾਂ ਉਹ ਹੀ ਐਲਬਮਸ ਬਣਾਈਆਂ ਜੋ ਮੈਂ ਆਪਣੀ ਮਿਹਨਤ ਦੇ ਨਾਲ ਆਪਣੀ ਸ਼ੌਕ ਦੇ ਨਾਲ ਆਪਣਾ ਸ਼ੌਕ ਪੂਰਾ ਕੀਤਾ ਜੀ ਬਸ ਹੋਰ ਕੁਛ ਨਹੀਂ ਮੈਨੂੰ ਕਮਰਸ਼ੀਅਲਾਈਜ਼ ਹੋਣ ਦਾ ਕੋਈ ਮੈਂ ਇਹ ਕਹਾਂਗੀ ਕਿ ਬਾਈ ਗੋਡਸ ਗ੍ਰੇਸ ਆਈ ਵਾਜ਼ ਬਲੈਸਡ ਟੂ ਬੀ ਸੁਰਿੰਦਰ ਕੌਰ ਡਾਟਰ ਜੀ ਤੇ ਮੈਨੂੰ ਆਪਣੇ ਆਪ ਨੂੰ ਪ੍ਰਮੋਟ ਕਰਨ ਦੀ ਤੇ ਲੋੜ ਹੀ ਨਹੀਂ ਪਈ ਬਿਲਕੁਲ ਆਈ ਐਮ ਲੱਕੀ ਜਿਹੜੇ ਬੱਚੇ ਸੁਰਿੰਦਰ ਕੌਰ ਦੀਆਂ ਬੇਟੀਆਂ ਨਹੀਂ ਹੈਗੀਆਂ ਉਹਨਾਂ ਨੂੰ ਪ੍ਰਮੋਟ ਕਰਨ ਵਾਸਤੇ ਬੜੀ ਮਿਹਨਤ ਕਰਨੀ ਪਈ ਕੁੜੀਆਂ ਨੂੰ ਐਕਸਪਲੋਇਟ ਕਰਦੇ ਨੇ ਬਹੁਤ ਮਿਊਜ਼ਿਕ ਇੰਡਸਟਰੀ ਵਿੱਚ ਆਉਣ ਵਾਸਤੇ ਉਹਨਾਂ ਨੂੰ ਕਈ ਕੁਛ ਸਟਰਗਲ ਸਹਿਣੀ ਪੈਂਦੀ ਹੈ ਮੈਨੂੰ ਉਹ ਨਹੀਂ ਸਹਿਣੀ ਪਈ ਜੀ ਮੈਂ ਆਪਣੇ ਆਪ ਨੂੰ ਬਲੈਸਡ ਸਮਝਦੀ ਹਾਂ ਪਰ ਮੈਨੂੰ ਇਹ ਨਹੀਂ ਸੀ ਚੰਗਾ ਲੱਗਦਾ ਕਿ ਕੋਈ ਮੈਨੂੰ ਇਹ ਕਵੇ ਕਿ ਤੂੰ ਡੂਇਟ ਗਾ ਲੈ ਤੇ ਤੂੰ ਥੋੜੇ ਜਿਹੇ ਯੂ ਨੋ ਇਸ ਤਰ੍ਹਾਂ ਦੇ ਗਾਣੇ ਗਾ ਜੋ ਅੱਜ ਕੱਲ੍ਹ ਦੇ ਚੁਲਬੁਲੇਟ ਹੈ ਮੇਰੀ ਇੱਕ ਤੇ ਮੇਰੀ ਨੇਚਰ ਨਹੀਂ ਸੀ ਉਸ ਤਰ੍ਹਾਂ ਦੀ ਇੱਕ ਮੇਰੇ ਮਨ ਨੂੰ ਹੀ ਨਹੀਂ ਸੀ ਉਹ ਪਾਉਂਦਾ ਇੱਕ ਕਰਨ ਸਾਹਿਬ ਤੋਂ ਟੌਪ ਆਫ ਇਟ ਉਹ ਤੇ ਡੰਡਾ ਲੈ ਕੇ ਬੈਠੇ ਮੇਰੇ ਸਿਰ ਤੇ ਅੱਛਾ ਅਪਰੂਵਲ ਉਹਨਾਂ ਵੱਲੋਂ ਵੀ ਸੀਗਾ ਬਿਕੋਜ਼ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੂੰ ਗਾਣੇ ਵਿੱਚ ਜਾਣਾ ਚਾਹਨੀ ਹੈ ਤੇ ਤੂੰ ਅੱਛੀ ਤਰ੍ਹਾਂ ਟ੍ਰੇਨਿੰਗ ਕਰ ਲੈ ਕੇ ਤੇ ਤੂੰ ਜਾ ਉਸਤਾਦਾਂ ਕੋਲ ਸਿੱਖਣ ਦਾ ਮੌਕਾ ਮਿਲਿਆ ਖਾਨ ਸਾਹਿਬ ਅਬਦੁਲ ਰਹਿਮਾਨ ਮੇਰੇ ਗੁਰੂ ਸਨ ਮੇਰੇ ਜਾਨ ਤੋਂ ਵੀ ਪਿਆਰੇ ਗੁਰੂ ਮੇਰੇ ਕੋਲ ਆ ਕੇ 8 ਸਾਲ ਉਹ ਦਿੱਲੀ ਮੇਰੇ ਕੋਲ ਰਹੇ ਔਰ ਮੈਂ ਉਹਨਾਂ ਕੋਲੋਂ ਤਾਲੀਮ ਲਈ ਕਲਾਸੀਕਲ 뮤직 ਦੀ ਮਾਂ ਦੇ ਗਾਣੇ ਤੇ ਮੇਰੇ ਰਗ ਰਗ ਵਿੱਚ ਸਨ ਹੀ ਬਿਲਕੁਲ ਪਰ ਪ੍ਰੋਫੈਸ਼ਨਲੀ ਗਾਣ ਵਾਸਤੇ ਤੁਹਾਨੂੰ ਉਹ ਟ੍ਰੇਨਿੰਗ ਵੀ ਲੈਣੀ ਚਾਹੀਦੀ ਹੁੰਦੀ ਹੈ ਸੋ ਗੰਧਰਵ ਮਹਾਵਿਦਿਆਲੇ ਦੇ ਵਿੱਚ ਬੜਾ ਕੁਝ ਸਿੱਖਿਆ ਪਰ ਉਹ ਮੇਰੇ ਮਨ ਨੂੰ ਨਹੀਂ ਸੀ ਇੰਨਾ ਪਾਉਂਦਾ ਜਦੋਂ ਮੈਂ ਗੁਰੂ ਜੀ ਕੋਲੋਂ ਸਿੱਖਿਆ ਖਾਨ ਸਾਹਿਬ ਕੋਲੋਂ ਉਹ ਮੇਰੇ ਦਿਲ ਦੇ ਕਲੋਜ਼ ਸੀ ਬਿਕੋਜ਼ ਹੀ ਵਾਸ ਅ ਪਟਿਆਲਾ ਘਰਾਨਾ ਦੇ ਉਸਤਾਦ ਜੀ ਸੋ ਸਾਡੀ ਗਾਇਕੀ ਪਟਿਆਲਾ ਘਰਾਨਾ ਦੇ ਨਾਲ ਜੁੜੀ ਹੈ ਬਹੁਤ ਹੀ ਸ਼ਾਮ 84 ਘਰਾਨਾ ਤੇ ਪਟਿਆਲਾ ਦੋਨੋਂ ਹੀ ਪੰਜਾਬ ਦੇ ਘਰਾਨੇ ਮਸ਼ਹੂਰ ਸਨ ਤੇ ਉਹ ਜਦੋਂ ਉਹ ਚੰਗਾ ਲੱਗਣ ਲੱਗ ਜਾਂਦਾ ਨਾ ਫਿਰ ਹੋਰ ਚੀਜ਼ਾਂ ਚੰਗੀਆਂ ਨਹੀਂ ਸਨ ਲੱਗਦੀਆਂ ਸੋ ਮੈਂ ਇਹ ਅੱਜ ਕਹਿ ਸਕਦੀ ਹਾਂ ਕਿ ਉਹ ਕੁਆਲਿਟੀ ਆਫ ਸਿੰਗਿੰਗ ਵਾਸ ਵੈਰੀ ਹਾਈ ਹੁਣ ਉਹ ਆਪਣੇ ਆਪ ਨੂੰ ਤੁਸੀਂ ਨੀਚੇ ਕਰਕੇ ਪੈਸਾ ਕਮਾਉਣ ਦੇ ਵਾਸਤੇ ਤੁਸੀਂ ਆਪਣੇ ਆਪ ਨੂੰ ਲੈਟ ਡਾਊਨ ਕਰੋ ਇਹ ਮੇਰੀ ਨੇਚਰ ਵਿੱਚ ਨਹੀਂ ਸੀ ਬਿਲਕੁਲ ਮੈਂ ਆਈ ਵਾਸ ਹੈਪੀ ਇਨ ਵਾਟ ਐਵਰ ਆਈ ਹੈਡ ਐਬਸੋਲੂਟਲੀ ਤਿੰਨੇ ਜਨਰੇਸ਼ਨਸ ਤੁਹਾਡੀ ਤਿੰਨੇ ਪੀੜ੍ਹੀਆਂ ਸੁਰਿੰਦਰ ਮੈਮ ਪ੍ਰਕਾਸ਼ ਮੈਮ ਤੁਸੀਂ ਤੇ ਸੁਨੈਣੀ ਕੀ ਸਿਮਿਲੈਰਿਟੀਜ਼ ਤਿੰਨਾਂ 'ਚ ਤਿੰਨਾਂ ਵਿੱਚ ਕੋਈ ਸਿਮਿਲੈਰਿਟੀ ਨਹੀਂ ਸਾਰਿਆਂ ਦੇ ਨਖਰੇ ਵੱਖਰੇ ਵੱਖਰੇ ਪ੍ਰਕਾਸ਼ ਆਂਟੀ ਇੱਕ ਚੁਲਬੁਲੀ ਪੰਜਾਬੀ ਮੁਟਿਆਰ ਜਿਹਨੇ ਫੋਕ 뮤직 ਨੂੰ ਬਹੁਤ ਖੂਬਸੂਰਤੀ ਨਾਲ ਗਾਇਆ ਆਪਣਾ ਪਰਿਵਾਰ ਚਲਾਇਆ ਸ਼ੀ ਇਜ਼ ਮਦਰ ਆਫ 3 ਡਾਟਰਸ ਐਂਡ 1 ਸਨ ਔਰ ਅਸੀਂ ਸਾਰੇ ਜਣੇ ਬਹੁਤ ਪੰਜਾਬੀ 'ਚ ਕਹਿੰਦੇ ਨਾ ਘਿਓ ਖਿਚੜੀ ਇਹ ਪਰਿਵਾਰ ਇਸ ਤਰ੍ਹਾਂ ਸੀ ਕੋਈ ਦੁੱਖ ਸੁੱਖ ਦੇ ਵਿੱਚ ਸਾਰੇ ਬਹੁਤ ਮਲਾਪੜੇ ਫਿਰ ਮੇਰੀ ਮਾਂ ਬਹੁਤ ਯੂ ਨੋ ਸਟਾਈਲਿਸ਼ ਸੀ ਸ਼ੀ ਵਾਜ਼ ਅ ਵੈਰੀ ਗ੍ਰੇਸਫੁਲ ਵੁਮਨ ਔਰ ਉਹ ਉਹਦਾ ਇਹ ਸੀ ਕਿ ਉਹਦਾ ਇੱਕ ਆਪਣਾ ਰੋਬ ਸੀ ਇੱਕ ਵਾਰੀ ਸਟੇਜ ਤੇ ਚੜ੍ਹ ਜਾਂਦੀ ਸੀ ਉਹ ਕਿਸੇ ਨੂੰ ਨੇੜੇ ਨਹੀਂ ਸੀ ਲੱਗਣ ਦਿੰਦੀ ਕਿਉਂਕਿ ਉਸ ਕੈਲੇਬਰ ਦਾ ਹੋਰ ਕੋਈ ਉਹਦੇ ਮੁਕਾਬਲੇ ਵਿੱਚ ਹੈਗਾ ਨਹੀਂ ਸੀ ਜੀ ਸੋ ਉਹਨੂੰ ਜਿਹੜੀ ਸ਼ੋਹਰਤ ਮਿਲੀ ਉਹਦੇ ਕਰਕੇ ਉਹ ਹੁੰਦਾ ਨਾ ਇੱਕ ਔਰਾ ਬਣ ਜਾਂਦਾ ਤੁਹਾਡਾ ਇੱਕ ਗ੍ਰੇਸ ਬਣ ਜਾਂਦੀ ਐਂਡ ਸ਼ੀ ਵਾਜ਼ ਅ ਵੈਰੀ ਗ੍ਰੇਸਫੁਲ ਵੁਮਨ ਸ਼ੀ ਵਾਜ਼ ਅ ਪੱਕੀ ਸਰਦਾਰਨੀ ਸਾਰੀ ਉਮਰ ਉਹਨੇ ਸਲਵਾਰ ਕਮੀਜ਼ ਸੂਟ ਪਾਇਆ ਕੋਈ ਫਜ਼ੂਲ ਦੇ ਫੈਸ਼ਨ ਨਹੀਂ ਕੀਤੇ ਕੋਈ ਫਜ਼ੂਲ ਦੇ ਨਖਰੇ ਇਹੋ ਜਿਹੇ ਨਹੀਂ ਕੀਤੇ ਤੇ ਕਈ ਵਾਰੀ ਤੇ ਮਜ਼ਾਕ ਨਾਲ ਕਹਿੰਦੀ ਸੀ ਕਿ ਮੈਂ ਮੇਰਾ ਰੰਗ ਪਕੇਰਾ ਹੈ ਤੇ ਮੈਂ ਬੜਾ ਕੋਸ਼ਿਸ਼ ਕਰਨੀ ਆ ਮੇਕਅਪ ਸ਼ੇਕਅਪ ਕਰਕੇ ਸੋਹਣੀ ਬਣਨ ਤੇ ਜਦੋਂ ਮੈਂ ਕਿਤੇ ਜਾਂਦੀ ਹਾਂ ਤੇ ਲੋਕੀ ਕਹਿੰਦੇ ਨੇ ਬੜੀ ਸਾਦੀ ਹੈ ਮੈਂ ਆਪਣੇ ਵੱਲੋਂ ਪੂਰਾ ਮੇਕਅਪ ਕੀਤਾ ਹੁੰਦਾ ਉਹ ਮੈਨੂੰ ਕਹਿੰਦੇ ਨੇ ਬੜੀ ਸਿੰਪਲ ਹੈ ਉਹਨੂੰ ਆਪਣੇ ਰੰਗ ਦਾ ਬੜਾ ਹੁੰਦਾ ਸੀ ਯੂ ਨੋ ਜਿਵੇਂ ਹੁਣ ਇੱਕ ਮਾਈਨਸ ਆਪਣੇ ਆਪ ਨੂੰ ਬਟ ਨਾ ਉਹਨੇ ਕੋਈ ਗਹਿਣਾ ਫਜ਼ੂਲ ਦਾ ਗਹਿਣਾ ਪਾਇਆ ਕੰਨਾਂ ਵਿੱਚ ਇੱਕ
डायमंड दे टॉप्स पांदी सी, गले विच इक चेन पांदी सी, एंड दो कड़े पांदी सी। ऐ वी मेरी मां दा कड़ा जिहड़ा मैं पाया होया जी। ऐ बस दैट वाज हर मैक्सिमम ज्वेलरी। शी नेवर अलमारियां भरियां हुंदियां, यू नो जिहड़े शोहरत विच लोग हुंदे ने उन्हां दे, यू नो कबर्ड्स आर फुल ऑफ ज्वेलरी एंड यू नो समान इहो जिहा। मां नूं इहो जिहा कोई शौक नहीं सी। ते मेरे फादर उन्हूं कॉम्पनसेट करन लई कहंदे सन कि सुरिंदर जी तुहानू रब ने ओह दात दित्ती है कि तुहानू गहिणियां दी लोड़ ही नहीं, यू नो। सो उहदे च खुश हो जांदी सी। ते सुनैनी, सुनैनी एक पढ़ी लिखी कुड़ी है, उन्हें कोई एम ए इंग्लिश कीती, दिल्ली यूनिवर्सिटी तो पहला ग्रेजुएशन कीती, फिर एम ए इंग्लिश कीती पंजाब यूनिवर्सिटी तो, फिर उन्हें एम बी ए कीता, फिर उन्हें हॉस्पिटैलिटी इंडस्ट्री दे विच काम कीता, फिर उन्हें टैक्सटाइल डिजाइनिंग विच काम कीता, ऑस्ट्रेलिया जाके टैक्सटाइल डिजाइनिंग पढ़ के आई। अमीशी उन्हें बहुत कुछ पढ़ाई दे विच हासिल कीता और दिमागी तौर पर वो बहुत क्वालिफाइड रही ने। म्यूजिक दे विच सी कि घर दे विच म्यूजिक सी, हर वेले असीं गाउंदियां रहिंदियां सां। हुण भी तेरे आन तों पहला पांच मिनट पहला आया सी उहदा फोन, कोई इंटरव्यू की गल कर रही सी ते नाल कहिंदी अज दा गाना नहीं दस्सिया तुसीं, अज दा किहड़ा गाना गा। मैं क्या आज ते शिव कुमार बटालवी याद आ रहे। कहंदी वो केड़ा है? मैं क्या सावन लंघ गया, ते सावन लंघ गया मैं रिकॉर्ड कीता सी। सावन लंघ गया वे माया, सावन लंघ गया सारी तरत ललारी, सावी कर गया सावी रंग गया, सावन लंघ गया वे माया, सावन लंघ गया। सो सावन दिया गल्ला करदे हुए सी, होर कहन लगी मम्मा होर गाने याद करो सावन दे। मैं क्या बड़े हैगे ने, तू आई कि शेयर करा। फिर तियां दा वक्त है, सौण दा महीना है, ते मावां तियां रल के, मावां तियां रल के असी साडा रोज दा एक सोंग हुंदा जी, असी आपस विच शेयर कर। ओह अपने घर गाउंदी रहिंदी है, मैं अपने घर, जे उहनूं लगदा कि इहदे विच मम्मा लिरिक्स नहीं याद आ रहे तुसीं दसो, तो आई शेयर विद हर। फिर ओहदे नाल दा मिलदा कोई गाना मैं उहनूं दसदी हां, या ओह मैनूं दसदी है कि खान साहब ने भी गाया सी, खान साहब नुसरत फतेह अली ने गाया, ओह मम्मा इहदे विच सेम फीलिंग है। सो असीं इस तरह म्यूजिक दीआं गल्लां शेयर करी दीआं। हुण ओह मेरे नाल पूरा परफॉर्म करदी है जी, एंड यू विल बी शॉक कि उहदी बेटी हुण 21 साल दी हो गई है, रिया, रिया गाउंदी है बहुत प्यार। ते लिगेसी कंटिन्यू हो रही है। ओह शूलिनी यूनिवर्सिटी दे विच पढ़ रही है, एंड ते ओह पूरे साडे गाने गाउंदी, लठे दी चादर ते मावां ते तीआं दी दोस्ती, असीं इकट्ठे रिकॉर्ड भी कीता पेनिनसुला स्टूडियो वालिआं ने साडा, ते उदों छोटी सी ते शी पिक्ड अप इमीडिएटली, उहनूं कोई प्रॉब्लम ही नहीं होई, जाके स्टेज ते सिद्धा गा गई, ते इंज लग्या कि इही लेगेसी। इट्स ब्लड। या इट्स। आखिरी सवाल डॉली मैम, काफी इंटरव्यूज तुसीं दित्ते हैं, ते प्रिंट मीडिया दे विच भी काफी इंटरव्यूज हैं, डिजिटल भी काफी परफॉर्म कीता है तुसीं, काफी वोकल रहे हो अपनी चीज़ां नूं लैके। जिद्दां साडा शो है बिरंग चिट्ठियां, तुहाडी जिंदगी दी कोई इहो जी गल, कोई इहो जी चिट्ठी जिहड़ी तुसीं लिखियां पर किसे नूं पा नहीं सके, कोई इहो जी गल जो तुहाडे दिल च ही हैगी है जिहड़ी कदे भी किसे प्लेटफॉर्म दे थ्रू नहीं आई? जिंदगी दे विच कई उतार चढ़ा आंदे ने बच्चे, क्योंकि हुण ते जमाना लंघ गया, मेरी छोटी उम्र विआह हो गया, ते हुण इस तरह लगदा कि वो बड़ियां पुरानियां यादां कई वारी रिवाइव हो जांदियां ने। कई सहेलियां इहो जिहियां बनियां जिन्हां नाल मिलन ते जी करदा सी, बट मिल नहीं सके, क्योंकि उदों दीआं गल्लां जिहड़ियां उदों शेयर कीतियां हुंदियां ने, ओह तुसीं वड्डे हो के थोड़े जे ना रिफाइंड जे हो जाते हो, थोड़े सोबर हो जाते हो, तुसीं कई गल्लां कहना नहीं चाहते कि उन्हूं इंज कहांगी तो उन्हूं बुरा लगेगा। सो एक सहेली सी दिल्ली दे विच जिन्हें स्कूल दे विच असीं इकट्ठे, बहुत साडा मतलब इन्ना क्लोजनेस सी कि वी वर मोर दैन सिस्टर्स। तो एक स्टेज आई कि शादी तो बाद मैं उन्हूं काफ़ी साल नहीं मिली, जदों मिली तो वह काफ़ी बीमार हो चुकी सी, एंड उहदी शादी नहीं सी होई, वह कल्ली रहिंदी सी दिल्ली, और हुण जदों मैनूं पंचकुला मैं आ गई, तो मैनूं मिली वह एक बारी गुरु जी दे मंदिर विच मिली, मैनूं उत्थे मुलाकात हुई, उस तो बाद असीं दोबारा मिलना शुरू किया, बट सडनली वन डे आई गॉट अ मैसेज कि शी इज़ नो मोर। उस चीज़ का दुख मैनूं बहुत लगता है कि मैं उहदे नाल कई गल्लां शेयर करनियां सन जिहड़ियां मैं कर नहीं सकी, जो नहीं हो सकी।
ਸਹੇਲੀਆਂ ਬੜੀਆਂ ਪਿਆਰੀਆਂ ਹੁੰਦੀਆਂ ਨੇ। ਸਹੇਲੀਆਂ ਕਈ ਵਾਰੀ ਭੈਣਾਂ ਤੋਂ ਵੱਧ ਹੁੰਦੀਆਂ ਨੇ, ਬਿਕੋਜ਼ ਹਮ ਉਮਰ ਹੋਈਦਾ, ਹਮ ਉਮਰ ਦੀਆਂ ਗੱਲਾਂ ਉਸ ਏਜ ਦੀਆਂ ਹੁੰਦੀਆਂ ਨੇ। ਵੱਡੇ ਹੋ ਜਾਓ ਤੇ ਇਟਸ ਡਿਫਰੈਂਟ ਜੀ। ਔਰ ਜਿਹੜੀਆਂ ਬਿਫੋਰ ਮੈਰਿਜ ਸਹੇਲੀਆਂ ਦੀ ਸਾਂਝ ਹੁੰਦੀ ਹੈ, ਉਹ ਫਿਰ ਮੁੜ ਕੇ ਬਣਾਉਣੀ ਬੜੀ ਮੁਸ਼ਕਿਲ ਹੈ। ਹੁਣ ਬਹੁਤ ਸਹੇਲੀਆਂ ਨੇ ਮੇਰੀਆਂ, ਹਜ਼ਾਰੋਂ ਸਹੇਲੀਆਂ ਹੋਣਗੀਆਂ। ਮੈਂ ਜਿੱਥੇ ਜਾਂਦੀ ਹਾਂ ਮੈਨੂੰ ਲੋਕੀ ਕਹਿੰਦੇ ਨੇ ਤੁਸੀਂ ਉੱਥੇ ਆਏ ਸੀ, ਤੁਸੀਂ ਸਾਡੇ ਬੇਟੇ ਦੀ ਸ਼ਾਦੀ ਤੇ ਆਏ ਸੀ, ਤੁਹਾਨੂੰ ਯਾਦ ਹੈ? ਉਸ ਵੇਲੇ ਮੈਨੂੰ ਥੋੜਾ ਜਿਹਾ ਧੱਕਾ ਵੀ ਲੱਗਦਾ ਕਿ ਮੈਨੂੰ ਯਾਦ ਨਹੀਂ, ਹੱਦ ਹੋ ਗਈ, ਮੈਂ ਇੰਨੀ ਬਜ਼ੁਰਗ ਬੁੱਢੀ ਹੋ ਗਈ ਹਾਂ ਕਿ ਮੈਨੂੰ ਯਾਦ ਹੀ ਨਹੀਂ ਰਹਿੰਦਾ ਹੁਣ। ਬਟ ਇੰਨੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਦਾ, ਸਾਰਿਆਂ ਨੂੰ ਨਹੀਂ ਤੁਸੀਂ ਯਾਦ ਰੱਖ ਸਕਦੇ ਜੀ, ਬਟ ਕੋਈ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਕਦੀ ਨਹੀਂ ਭੁੱਲਦੇ। ਸੋ ਉਹ ਮੇਰੀ ਸਹੇਲੀ ਮੈਨੂੰ ਕਦੀ ਨਹੀਂ ਭੁੱਲਦੀ। ਅੱਜ 16 ਅਗਸਤ ਹੈ, 18 ਅਗਸਤ ਉਹਦਾ ਬਰਥਡੇ ਹੁੰਦਾ ਸੀ, ਔਰ 18 ਅਗਸਤ ਮੇਰਾ ਦਿਨ ਸਾਰਾ ਦਿਨ ਉਹਨੂੰ ਯਾਦ ਕਰਨ ਦੇ ਵਿੱਚ ਨਿਕਲਦਾ ਸੀ। ਤੇ ਹੁਣ ਆਈ ਮਿਸ ਹਰ, ਸ਼ੀ ਪਾਸਡ ਅਵੇ ਟੂ ਯੰਗ। ਸੋ ਇਟ ਲਾਸਟ ਜਾਂਦੇ ਜਾਂਦੇ ਜਿਵੇਂ ਤੁਸੀਂ ਕਿਹਾ ਕਿ 18 ਅਗਸਤ ਉਹਨਾਂ ਨੂੰ ਯਾਦ ਕਰਦੇ ਨਿਕਲਦਾ ਸੀ, ਉਹਨਾਂ ਦੇ ਲਈ ਕੋਈ ਗਾਣਾ ਡੈਡੀਕੇਟ ਕਰਨਾ ਚਾਹੁੰਦੇ ਹੋ? ਤੇਰੀ ਯਾਦ ਆਈ ਤੇਰੀ ਯਾਦ ਆਈ ਹਏ ਵੇ ਤੇਰੀ ਯਾਦ ਆਈਏ ਤੇਰੀ ਯਾਦ ਆਈਏ ਵੇ ਟੋਲਾ ਮਾਹੀ ਵੇ ਉਹ ਹਏ ਵੇ ਤੇਰੀ ਯਾਦ ਆਈਏ ਤੇਰੀ ਯਾਦ ਆਈਏ। ਮਹਿਬੂਬ ਦਾ ਮਹਿਬੂਬਾ ਵਾਸਤੇ ਗਾਣਾ ਜੀ, ਬਟ ਦੋਸਤੀ ਦੇ ਵਿੱਚ ਸਾਰੇ ਮਹਿਬੂਬ ਮਹਿਬੂਬਾ ਹੀ ਹੁੰਦੇ। ਬਿਲਕੁਲ, ਜਦੋਂ ਕਿਸੇ ਨਾਲ ਮੁਹੱਬਤ ਹੁੰਦੀ ਹੈ ਉਹ ਇੱਕ ਇਹੋ ਜਿਹੀ ਰਿਲੇਸ਼ਨਸ਼ਿਪ ਹੁੰਦੀ ਹੈ ਜਿਹੜੀ ਯੂ ਨੋ ਇਟਸ ਜਸਟ ਲਾਈਕ ਰੱਬ ਦੇ ਨਾਲ ਦੋਸਤੀ। ਹਾਂਜੀ, ਬਹੁਤ ਵਧੀਆ ਲੱਗਿਆ ਮੈਮ ਤੁਹਾਡੇ ਨਾਲ ਗੱਲਬਾਤ ਕਰਕੇ। ਲਵਲੀ ਲਵਲੀ ਮੀਟਿੰਗ ਯੂ। ਥੈਂਕ ਯੂ ਜੀ, ਗੋਡ ਬਲੈਸ ਯੂ, ਗੋਡ ਬਲੈਸ ਯੂ। ਠੀਕ, ਕੋਈ ਵੀ ਮੈਸੇਜ ਦੇਣਾ ਤੁਸੀਂ ਦੇ ਸਕਦੇ ਹੋ ਡਾਕ ਲਈ। ਡਾਰਕ ਚੈਨਲ ਤੇ ਆ ਕੇ ਇੱਕ ਵੱਖਰਾ ਜਿਹਾ ਹੀ ਸਵਾਦ ਆਇਆ ਮੈਨੂੰ ਕਿ ਇਹ ਕੌਨਸੈਪਟ ਜਿਹੜਾ ਸੀ ਡਾਰਕ ਦਾ, ਇਹ ਹੁਣ ਬਿਲਕੁਲ ਖਤਮ ਹੀ ਹੋ ਚੱਲਿਆ। ਔਰ ਡਾਰਕ ਦੇ ਵਿੱਚ ਜਿਹੜੀ ਦਿਲ ਦੀਆਂ ਗੱਲਾਂ ਸ਼ੇਅਰ ਹੁੰਦੀਆਂ ਸਨ ਉਹ ਹੁਣ ਵਟਸਐਪ ਦੇ ਉੱਤੇ ਨਹੀਂ ਹੋ ਸਕਦੀਆਂ। ਸੋ ਡਾਰਕ ਚੈਨਲ ਨੂੰ ਮੈਂ ਪੂਰੀਆਂ ਬਲੈਸਿੰਗਸ ਦਿੰਦੀ ਹਾਂ ਕਿ ਇਹ ਬੜਾ ਅੱਛਾ ਤੁਸੀਂ ਐਫਰਟ ਕੀਤਾ ਕਿ ਦਿਲ ਦੀਆਂ ਗੱਲਾਂ ਇਸ ਤਰ੍ਹਾਂ ਸਾਰਿਆਂ ਨਾਲ ਸ਼ੇਅਰ ਕਰੋ। ਗੋਡ ਬਲੈਸ ਯੂ। ਸੋ ਜੀ, ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਨਵੇਂ ਚਿਹਰੇ ਦੇ ਨਾਲ। ਉਦੋਂ ਤੱਕ ਜੁੜੇ ਰਹੋ ਸਾਡੇ ਚੈਨਲ ਦੇ ਨਾਲ, ਦੇਖਦੇ ਰਹੋ ਡਾਰਕ, ਦੇਖਦੇ ਰਹੋ ਬਿਰੰਗ ਚਿੱਠੀਆਂ। ਸਤਿ ਸ਼੍ਰੀ ਅਕਾਲ।